ਇੱਥੇ ਪਹੁੰਚੇ ਸਾਰੇ ਜਿੰਨੇ ਦੇ ਜਿੰਨੇ ਮੇਰੇ ਵੱਡੇ ਬਜ਼ੁਰਗ ਨੇ ਨੌਜਵਾਨ ਨੇ ਤੇ ਬੱਚੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ ਠੀਕ ਠਾਕ ਹੋ ਸਾਰੇ ਠੰਡ ਤਾਂ ਨਹੀਂ ਲੱਗੀ ਕਿਸੇ ਨੂੰ ਠੀਕ ਹੈ ਜੀ ਇੰਨੇ ਠੰਡੇ ਮੌਸਮ ਦੇ ਵਿੱਚ ਮੇਰੇ ਹੱਥ ਪੈਰ ਆਪਦੇ ਠਰੀ ਜਾਂਦੇ ਆ ਤੁਸੀਂ ਆਪਦੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਆਏ ਤੇ ਮੈਂ ਇੱਥੇ ਵੇਖ ਰਹੀ ਸੀ ਕਿ ਇੱਕ ਹੁੰਦਾ ਆਪਾਂ ਜਦੋਂ ਜਾਂਦੇ ਆ ਕਿਸੇ ਵੱਡੀ ਪਾਰਟੀਆਂ ਦੇ ਆਪਾਂ ਸੁਣਨ ਜਾਂਦੇ ਆ ਉੱਥੇ ਸਪੀਚ ਆਪਾਂ ਉਹਨਾਂ ਦੇ ਭਾਸ਼ਣ ਸੁਣਨ ਜਾਂਦੇ ਆ ਤੇ ਬੱਚੇ ਬੜੇ ਬੋਰ ਜੋ ਕੇ ਬੈਠੇ ਹੁੰਦੇ ਨੇ ਕੀ ਗੱਲਾਂ ਸੁਣ ਕੇ ਲੈਣੀਆਂ ਵਾਸੀਆਂ ਲੈ ਰਹੇ ਹੁੰਦੇ ਤੇ ਇੱਧਰ ਕਦੋਂ ਡਿੱਗਦੇ ਪਏ ਹੁੰਦੇ ਤੇ ਕਦੇ ਉੱਧਰ ਡਿੱਗਦੇ ਪਏ ਹੁੰਦੇ ਮੈਂ ਵੇਖ ਰਹੀ ਸੀ ਇੱਥੇ ਇੰਨੀ ਸ਼ਾਂਤੀ ਹੈ ਨਾ ਤੇਨੇ ਸ਼ਾਂਤੀ ਨਾਲ ਤੁਸੀਂ ਸਾਰੇ ਜਿਹੜੇ ਸੁਣ ਰਹੇ ਹੋ ਕਿ ਮੇਰਾ ਮਨ ਖੁਸ਼ ਹੋ ਗਿਆ ਵੇਖ ਕੇ ਕਿ ਸ਼ੁਕਰ ਹੈ ਰੱਬ ਦਾ ਕਿ 2022 ਦੇ ਵਿੱਚ ਆ ਕੇ ਅਸੀਂ ਸਾਰੇ ਇੱਕ ਚੰਗੀ ਸੋਚ ਨਾਲ ਚੱਲ ਪਿਆ ਤੇ ਤੁਹਾਡਾ ਇੰਨਾ ਸਾਰਿਆਂ ਦਾ ਇਕੱਠ ਵੇਖ ਕੇ ਮੇਰਾ ਸੱਚੀ ਮਨ ਗਦਗਦ ਹੋ ਗਿਆ ਕਿ ਸ਼ੁਕਰ ਹੈ ਰੱਬ ਦਾ ਸੱਚੇ ਪਾਤਸ਼ਾਹ ਦਾ ਵਾਹਿਗੁਰੂ ਦਾ ਕਿ ਆਪਾਂ ਨੂੰ ਇਸ ਚੀਜ਼ ਦੀ ਸਮਝ ਆਉਣੀ ਤੋਂ ਸ਼ੁਰੂ ਹੋਈ ਕਿ ਸਾਡੇ ਨਾਲ ਇੰਨੇ ਸਾਲਾਂ ਤੋਂ ਕਿੰਨਾ ਧੱਕਾ ਹੋ ਰਿਹਾ ਤੇ ਅਸੀਂ ਉਸ ਧੱਕੇ ਨੂੰ ਹੁਣ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਮੈਨੂੰ ਲੱਗਦਾ ਮੇਰੀ ਐਂਕ ਘਰ ਰਹਿ ਗਈ ਮੈਨੂੰ ਨਹੀਂ ਦਿਖ ਰਿਹਾ ਕਿ ਇੱਥੇ ਜੇ ਕੋਈ ਬੀਬੀ ਭੈਣ ਹੋਵੇ ਤੇ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾਓ ਕਿ ਸਰਦਾਰ ਗੋਜਾ ਸਿੰਘ ਸਿਰਾਰੀ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਮੇਰੇ ਵੀਰਾਂ ਨਾਲ ਭੇਜਿਆ ਤੁਹਾਡੇ ਪਿੰਡ ਦੇ ਗੁਰਪ੍ਰੀਤ ਸਰ ਮੈਂ ਬਹੁਤ ਖੁਸ਼ ਹਾਂ ਇਹਨਾਂ ਨੂੰ ਵੇਖ ਕੇ ਇੰਪ੍ਰੈਸਡ ਹਾਂ ਮੈਂ ਇਹਨਾਂ ਦੀ ਪਰਸਨੈਲਿਟੀ ਤੋਂ ਕਿ ਇਹਨਾਂ ਦੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਇਕੱਠ ਹੋ ਗਿਆ ਜੇ ਮੈਂ ਹਜੇ ਤੱਕ ਕਿਤੇ ਵੇਖਿਆ ਨਹੀਂ ਸੀਗਾ ਇੱਕ ਵਾਰ ਇਹਨਾਂ ਨਾਲ ਜੋੜਦਾ ਤੁਹਾਡੀ ਜੀ ਲਗਾ ਦਿਓ ਵਧਾਈ ਦੇ ਪਾਤਰ ਹੈ ਸਾਡੇ ਵੀਰ ਦੂਸਰੀ ਗੱਲ ਕਿ ਜੇ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਕਰਾਂ ਤਾਂ ਉਹਨਾਂ ਨੇ ਮੈਨੂੰ ਇਹਨਾਂ ਨਾਲ ਭੇਜਿਆ ਤੇ ਉਹਨਾਂ ਨੇ ਮਾਫ ਕਰਨਾ ਜੇ ਮੈਂ ਕਹਾਂ ਕਿ ਅਸੀਂ ਤਿੰਨ ਭੈਣਾਂ ਤਾਂ ਅਸੀਂ ਤਿੰਨੋਂ ਵੀਰ ਵੀ ਹਾਂ ਜੇ ਅਸੀਂ ਉਹਨਾਂ ਦੇ ਤਿੰਨ ਬੇਟੀਆਂ ਤੇ ਅਸੀਂ ਹੀ ਤਿੰਨੋਂ ਉਹਨਾਂ ਦੇ ਪੁੱਤਰ ਆ ਉਹਨਾਂ ਨੇ ਕਦੇ ਫਰਕ ਨਹੀਂ ਕਰਿਆ ਤੇ ਉਹਨਾਂ ਨੇ ਮੈਨੂੰ ਇਹੀ ਕਹਿ ਕੇ ਭੇਜਿਆ ਕਿ ਬੇਟਾ ਤੂੰ ਮੈਨੂੰ ਇੰਨੇ ਸਾਲਾਂ ਤੋਂ ਜਾਣਦੀ ਤੂੰ ਮੇਰੇ ਘਰ ਜਨਮ ਲਿਆ ਤੇ ਤੈਨੂੰ ਬੜੀ ਚੰਗੀ ਤਰ੍ਹਾਂ ਪਤਾ ਕਿ ਆਪਣੀ ਸੋਚ ਕੀ ਹੈ ਉਹ ਰਿਟਾਇਰ ਹੋ ਚੁੱਕੇ ਆ ਪੈਨਸ਼ਨ ਤੁਹਾਨੂੰ ਵੀ ਪਤਾ ਸਭ ਨੂੰ ਮਿਲ ਜਾਂਦੀ ਉਹਨਾਂ ਨੂੰ ਵੀ ਘਰੇ ਬੈਠੇ ਬਿਠਾਏ ਪੈਨਸ਼ਨ ਮਿਲ ਜਾਂਦੀ ਸਾਨੂੰ ਕੋਈ ਮੈਂ ਕਹਾਂ ਕਿ ਥੋੜ੍ਹ ਨਹੀਂ ਕਿ ਆਪਾਂ ਕਹੀਏ ਕਿ ਅਸੀਂ ਰਾਜ ਕਰਨਾ ਹੈ ਅਸੀਂ ਘਰ ਭਰਨੇ ਆ ਕਿ ਅਗਾਹ ਦੀ ਅਗਾਹ ਅਸੀਂ ਆਪਣੀ ਪੁਸ਼ਤਾਂ ਚਲਾਉਣੀ ਹੈ ਇਹੋ ਤਾਂ ਸਾਡਾ ਕੋਈ ਇਰਾਦਾ ਨਹੀਂ ਸੀਗਾ ਫਿਰ ਵੀ ਉਹਨਾਂ ਨੇ ਕਿਹਾ ਕਿ ਮੈਂ ਹੁਣ ਇੱਕ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕਿਆ ਪਰ ਮੈਂ ਆਮ ਜਨਤਾ ਦੀ ਸੇਵਾ ਕਰਨ ਵਾਸਤੇ ਘਰ ਚੱਲਿਆ ਮੇਰੇ ਬੱਚੇ ਆਪਣਾ ਭਵਿੱਖ ਬਣਾ ਚੁੱਕੇ ਨੇ ਤੇ ਮੈਂ ਇਸ ਨੌਜਵਾਨ ਪੀੜ੍ਹੀ ਦਾ ਹੁਣ ਭਵਿੱਖ ਬਣਾਉਣ ਵਾਸਤੇ ਚੱਲਿਆ ਤੇ ਤੁਸੀਂ ਆਪਣਾ ਘਰ ਬਾਰ ਹੁਣ ਖੁੱਲ ਸਾਂਭੋ ਮੈਂ ਆਪਣੇ ਹਲਕੇ ਨੂੰ ਸਾਂਭੋ